ਜੀ ਕਰਨਗੇ। ਮੈਂ ਇਹ ਸਮਝਦਾ ਕਿ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਅਸੀਂ ਇੱਥੇ ਬੈਠੇ ਹਾਂ, ਸਿਰ 'ਤੇ ਪਗੜੀ ਬੰਨਦੇ ਹਾਂ, 40-40 ਸਾਲ ਹੋ ਗਏ, 50-50 ਸਾਲ ਹੋ ਗਏ ਉਮਰ ਆਪਣੇ ਹਿਸਾਬ ਨਾਲ, ਕਦੇ ਕਿਸੇ ਨੇ ਸਾਨੂੰ ਤਾਂ ਰੋਕਿਆ ਨਹੀਂ, ਨਾ ਪਗੜੀ ਬੰਨਣ ਤੋਂ ਇਸ ਦੇਸ਼ 'ਚ ਰੋਕਿਆ, ਨਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਪਰ ਸਿਰਫ ਇੱਕੋ ਸਮਾਂ ਸੀ ਜਦੋਂ ਪਗੜੀ ਵਾਲਿਆਂ ਨੂੰ 3 ਦਿਨ ਲਗਾਤਾਰ, ਔਰ ਜੋ ਜ਼ੁਲਮ ਉਹਨਾਂ 'ਤੇ ਹੋਇਆ, ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ, ਉਹ ਕਿੰਨਾ ਨੇ ਜਲਾਏ। ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜ਼ੁਲਮ, ਜੇਐਫਰੀ ਵੈਰੋ, ਉਹਨਾਂ ਨੇ ਬੁਲਟ ਫਾਰ ਬੁਲਟ ਆਪਣੀ ਕਿਤਾਬ ਆ ਉਹਦੇ 'ਚ ਲਿਖਿਆ ਬਕਾਇਦਾ ਕਿ ਮੈਂ ਰਾਜੀਵ ਗਾਂਧੀ ਨੂੰ ਕਿਹਾ ਕਿ ਇਹ ਜਿਹੜੀਆਂ 84 ਵਿਕਟਮ ਫੈਮਲੀਜ਼ ਨੇ, ਇਹਨਾਂ ਨੂੰ ਰਾਹਤ ਦਿੱਤੀ ਜਾਵੇ। ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ, ਆਪਣੀ ਕਿਤਾਬ 'ਚ ਲਿਖ ਕੇ ਗਏ ਨੇ। ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ੍ਹ ਕੇ ਸੁਣਾ ਦੇਣ ਕੀ ਲਿਖਿਆ ਗਿਆ, ਬਾਜਵਾ ਸਾਹਿਬ ਸੁਣਾ ਦੇਣ, ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ। ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕਹਿੰਦੇ ਹੈਗੇ ਠੀਕ ਆ, ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ਼੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ। ਕੀ ਕਿਸੇ ਨੇ, ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਆ, ਜਿੱਥੇ ਜਿੱਥੇ ਵੀ ਇਹ ਹੋਊ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ। ਰਾਹੁਲ ਗਾਂਧੀ ਨੂੰ ਪੁੱਛੋ, ਵਿਦੇਸ਼ 'ਚ ਜਾ ਕੇ ਬੋਲ ਸਕਦਾ, ਇੱਥੇ ਪੱਤਰ ਨਹੀਂ ਲਿਖ ਸਕਦਾ? ਅਪੋਜੀਸ਼ਨ ਲੀਡਰ ਆ, ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ 'ਚ ਕਿਉਂ ਨਹੀਂ ਪਾਉਣ ਦਿੰਦੇ? ਉਸ ਕੰਸਰਨ ਜਿਹੜੀ ਸੰਸਥਾ ਉਹਨੂੰ ਲਿਖਣ, ਕਿਸੇ ਨੇ ਨਹੀਂ ਲਿਖਿਆ। ਔਰ ਯਾਰ ਇੱਕ ਮਿੰਟ ਸੁਣ ਲਓ, ਐਸੀ ਕੀ ਵਪਾਰ ਹੋਣ ਲੱਗ ਗਿਆ? ਅਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ, ਬਾਜਵਾ ਸਾਹਿਬ ਤੁਸੀਂ ਲਿਖਿਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਹੋਵੇ, ਉਹ ਦਿਖਾ ਦੇਣ। ਕਿਸੇ ਸੰਸਥਾ ਨੇ ਨਹੀਂ ਲਿਖਿਆ, ਸਿਰਫ ਸਾਡੇ ਖਿਲਾਫ਼ ਪ੍ਰਚਾਰ ਕਰਨਾ, ਸਾਡਾ ਚਿਹਰਾ ਖਰਾਬ ਕਰਨਾ, ਮੋਦੀ ਜੀ ਦਾ ਚਿਹਰਾ ਖਰਾਬ ਕਰਨਾ, ਇਹੀ ਮਨਸ਼ਾ ਇਹਨਾਂ ਦੀ। ਸਿੱਖਾਂ ਦਾ ਭਲਾ, ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ, ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ। ਇਹ ਰਾਜਨੀਤਿਕ ਮਨਸ਼ਾ ਨੇ, ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ, ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ? ਇਹ ਤਾਂ ਇੱਥੇ ਭਾਰਤ 'ਚ ਹੀ ਹੋਣਾ ਜੋ ਹੋਣਾ। ਫਿਰ ਜਿਹੜਾ ਆ ਡੱਲੇਵਾਲ ਸਾਹਿਬ ਅਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਤਾ, ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਊਡ ਆ, 3 ਇੰਚ ਦਾ ਹੱਥਾ ਸ਼੍ਰੀ ਸਾਹਿਬ ਦਾ, ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ, ਕਿਉਂਕਿ ਅਕਾਲ ਤਖਤ ਸਾਹਿਬ ਨੇ ਵੀ ਉਸਨੂੰ ਮੰਨਿਆ ਹੈਗਾ। ਔਰ ਦੂਸਰਾ, ਉਹਨਾਂ ਦਾ ਇਹ ਰੀਜ਼ਨ ਨਹੀਂ ਸੀ, ਉਹ ਅਸ਼ਾਂਤੀ ਫੈਲਾਉਣ ਵਾਸਤੇ ਵੀ ਜਾਂਦੇ ਨੇ, ਕੋਈ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਹੈਗੇ ਉਹ। ਮੈਂ ਅੱਜ ਇੱਥੋਂ ਕਹਿਣਾ ਤੁਹਾਨੂੰ, ਜਿੱਦਣ ਉਹਨਾਂ ਨੇ ਕਿਸਾਨ ਹਿੱਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ, ਸਾਡੇ ਮਿਨਿਸਟਰ ਵੀ ਆ ਸਕਦੇ ਨੇ, ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਹਾਂ ਕਰਨ। ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜੈਨੂਨ ਵੀ ਨੇ, ਹੋਣੀਆਂ ਚਾਹੀਦੀਆਂ ਨੇ, ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਹਾਂ, ਉਹਨਾਂ ਨਾਲ ਗੱਲਬਾਤ ਹੋ, ਹੁਣ ਕਿਹਦੇ ਨਾਲ ਗੱਲ ਕਰੀਏ? ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ, ਜਾਤੀ ਵਰਗ ਧਰਮ ਖੇਤਰ ਦੇ ਨਾਂ 'ਤੇ ਵੰਡ ਕੇ, ਅਸੀਂ ਨਹੀਂ ਕਰਦੇ। ਆ ਤਾਂ ਆਪ ਹੀ ਹੋ ਗਏ ਰਾਜਨੀਤਿਕ ਗੈਰ ਰਾਜਨੀਤਿਕ, ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ? ਉਗਰਾਹਾਂ ਸਾਹਿਬ ਦਾ ਜ਼ੋਰ ਆ, ਰਾਜੇਵਾਲ ਸਾਹਿਬ ਸੂਝਵਾਨ ਨੇ, ਜੇ ਉਹ ਉੱਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ, ਇਕੱਠੇ ਹੁੰਦੇ ਨਹੀਂ। ਇਹਨਾਂ ਨੂੰ ਕਹੋ ਇਕੱਠੇ ਹੋ ਜਾਣ, ਸਾਡੇ ਨਾਲ ਚੱਲਣ, ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ। ਐਵੇਂ ਬਿਨਾਂ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ, ਇਨਵੈਸਟਮੈਂਟ ਵੀ ਨਹੀਂ ਆ ਰਹੀ। ਔਰ ਜਿਹੜੀ ਸਿੱਖਾਂ ਦੇ ਹਿੱਤ ਦੀ ਗੱਲ ਆ, ਭਾਜਪਾ ਨੇ ਹੀ ਸਾਰਾ ਕੁਛ ਕੀਤਾ, 300 ਤੋਂ ਵੱਧ ਲੋਕਾਂ ਦੀ ਕਾਲੀ ਸੂਚੀ ਮੋਦੀ ਜੀ ਨੇ ਬਿਨਾਂ ਮੰਗੇ ਖਤਮ ਕਰਤੀ।
180 ਦੇਸ਼ਾਂ 'ਚ ਸਾਡੀਆਂ ਅੰਬੈਸੀਆਂ ਨੇ, ਸਭ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਕਦੇ ਕਿਸੇ ਸਰਕਾਰ ਨੇ ਨਹੀਂ ਮਨਾਇਆ। ਸਾਡੀ ਸਰਕਾਰ ਨੇ ਆ ਕੇ, ਮੋਦੀ ਜੀ ਦੀ ਸਰਕਾਰ ਨੇ ਮਨਾਇਆ, ਔਰ ਇਹਨਾਂ ਨੇ ਕਦੇ ਪ੍ਰਸ਼ੰਸਾ ਵੀ ਨਹੀਂ ਕੀਤੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਕੰਮ ਸਾਡੀ ਸਰਕਾਰ ਨੇ ਆ ਕੇ ਕੀਤਾ, ਔਰ ਉਹਦੇ 'ਤੇ ਖੁਸ਼ ਨਹੀਂ ਹੁੰਦੇ, ਕਦੇ ਕੋਈ ਬਹਾਨਾ ਲਾ ਲੈਂਦੇ ਆ, ਕਦੇ ਕੋਈ। ਇਸ ਕਰਕੇ ਜੇ ਸਿੱਖਾਂ ਦੇ ਹਿੱਤਾਂ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਡਟ ਕੇ ਖੜੀ ਹੈ। ਔਰ ਆ ਜਿਹੜੇ ਐਗਜ਼ਾਮ ਵਾਲਾ ਜਿੱਥੇ ਇੱਥੇ ਹੁੰਦਾ, ਨੀਟ ਦਾ ਹੋਵੇ ਜਾਂ ਕੋਈ ਹੋਰ ਹੋਵੇ, ਕੋਈ ਐਸੀ ਰੁਕਾਵਟ ਆਉਂਦੀ ਹੈ, ਜਾਂ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਜੋ ਵੀ ਹੈ, ਉਹਦੇ ਸਟੇਟ ਦੇ ਜਿਹੜੇ ਐਗਜ਼ਾਮ ਨੇ ਉਹਦੇ 'ਚ ਆਉਂਦੀ ਹੈ, ਉਹਦੇ ਬਾਰੇ ਅਸੀਂ ਜ਼ਰੂਰ ਆਪਣਾ ਸਟੈਂਡ ਰੱਖਦੇ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ। ਔਰ ਜੋ ਜਾਇਜ਼ ਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਮਾਨਤਾ ਦਿੱਤੀ ਆ ਪੰਜ ਕਕਾਰਾਂ ਨੂੰ, ਉਹਨਾਂ 'ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਕਿਤੇ। ਉਹ ਗੱਲ ਇੱਥੇ ਕਰਨੀ ਚਾਹੀਦੀ ਆ। ਰਾਹੁਲ ਜੀ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣਾ ਨਾਟਕ ਬੰਦ ਕਰੋ, ਡਰਾਮਾ ਬੰਦ ਕਰੋ, ਤੁਸੀਂ ਸਿੱਖਾਂ ਦੇ ਕਾਤਲ ਹੋ। ਰਾਜੀਵ ਗਾਂਧੀ ਨੇ ਕਿਹਾ ਸੀ, ਜਦੋਂ ਭਾਰੀ ਦਰਖਤ ਹਿਲਦਾ ਅਤੇ ਗਿਰਦਾ ਅਤੇ ਧਰਤੀ ਹਿਲਦੀ ਹੈ, ਉਦੋਂ ਬਾਅਦ ਹੀ ਕਤਲੇਆਮ ਸ਼ੁਰੂ ਹੋਇਆ ਸੀ। ਉਹ ਆਪਣਾ ਯਾਦ ਕਰ ਲੈਣ ਸਾਰਿਆਂ ਦਾ, ਫਿਰ ਸਾਡੇ ਨਾਲ ਗੱਲ ਕਰਨ। ਔਰ ਉਹ ਭਾਜਪਾ ਨੂੰ ਬਦਨਾਮ ਕਰਨ ਦੀ ਜਿਹੜੀ ਸਾਜਿਸ਼ ਰਚਦੇ ਆ, ਇਹ ਨਹੀਂ ਹੋਣੀ ਚਾਹੀਦੀ। ਕੁਛ ਲੋਕ ਹੋਰ ਵੀ ਨਾਲ ਨੇ, ਸਾਡੇ 'ਚੋਂ ਵੀ ਕੁਛ ਹੋਣਗੇ, ਪਰ ਮੈਂ ਉਹਨਾਂ ਨੂੰ ਉਹ ਸਿੱਖਾਂ ਦੇ ਹਿੱਤਾਂ ਲਈ ਨਹੀਂ ਹੈ। ਸਾਡੇ ਇੱਥੇ ਬਹੁਤ ਘਾਣ ਹੋਇਆ ਸਾਡੇ ਯੂਥ ਦਾ, ਦੁਬਾਰਾ ਨਾ ਹੋਵੇ, ਅਸੀਂ ਉਹ ਨਹੀਂ ਹੋਣ ਦਿਆਂਗੇ। ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਮਜ਼ਬੂਤ ਹੋਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ। ਜਗ੍ਹਾ ਜਗ੍ਹਾ 'ਤੇ ਸਾਡਾ ਕੰਮ ਹੋਣਾ ਬਹੁਤ ਜ਼ਰੂਰੀ ਹੈ, ਉਹ ਅਸੀਂ ਕਰਾਂਗੇ, ਔਰ ਹਰ ਗੱਲ ਨੂੰ ਉਠਾਵਾਂਗੇ। ਔਰ ਜਿਹੜਾ ਇਹਨਾਂ ਨੇ ਅੱਜ ਤੱਕ ਕਿਸੇ ਨੇ ਪੱਤਰ ਨਹੀਂ ਲਿਖਿਆ, ਕਿਸੇ ਨੇ ਗੱਲ ਨਹੀਂ ਉਠਾਈ, ਇਹ ਉਹ ਮੁੱਦਾ ਜਿਉਂਦਾ ਰੱਖਣਾ ਚਾਹੁੰਦੇ ਆ, ਬਸ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਨਾ ਚਾਹੁੰਦੇ ਆ। ਹੋਰ ਕੋਈ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਰੋਕ ਦਈਏ। ਇਹ ਮੇਰੀ ਤੁਹਾਨੂੰ ਗੁਜ਼ਾਰਿਸ਼ ਆ, ਔਰ ਅਸੀਂ ਇਸ ਦੇ ਬਾਰੇ 'ਚ ਜਿੱਥੇ ਜਿੱਥੇ ਅਪਰੋਚ ਕਰਨੀ ਆ ਉਹ ਜ਼ਰੂਰ ਕਰਾਂਗੇ।